ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਕੋਈ ਗੱਲ ਜਨਹਿਤ ਦੀ ਗੱਲ ਹੋਵੇ ਜਾਂ ਆਵਾਮ ਦੀ ਗੱਲ ਲੋਕਾਂ ਦੀ ਗੱਲ ਹੋਵੇ ਤਾਂ ਅਸੀਂ ਉਸ ਨੂੰ ਲੈ ਕੇ ਕੋਈ ਵੀ ਵਿਅਕਤੀ ਜਿਹੜੇ ਕਰਦੇ ਉਹਨਾਂ ਨੂੰ ਆਪਾਂ ਆਪਣੇ ਮੰਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅੱਜ ਇੱਕ ਵੱਖਰੀ ਸ਼ਖਸੀਅਤ ਇਸ ਵਿਸ਼ੇ ਨੂੰ ਲੈ ਕੇ ਵੱਖ ਵੱਖ ਵਿਸ਼ਿਆਂ ਨੂੰ ਜਿਹੜੀ ਚਿੰਤਾ ਵੀ ਕਰਦੇ ਹਾਂ ਚਿੰਤਨ ਵੀ ਕਰਦੇ ਤੇ ਸਮਾਧਾਨ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਨੂੰ ਆਪਣੇ ਸਟੇਜ ਤੇ ਲਿਆ ਕੇ ਲੋਕਾਂ ਦੇ ਆਪਣੇ ਦਰਸ਼ਕਾਂ ਦੇ ਸਰੂਰ ਨੂੰ ਕਰਦੇ ਹਾਂ ਜਿਹੜੀ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਨਾਲ ਸਿਆਸਤ ਦੇ ਵਿੱਚ ਇੱਕ ਬਹੁਤ ਅੰਦਰ ਨੇ ਸ਼੍ਰੀ ਅਵਨਾਸ਼ ਰਾਏ ਖੰਨਾ ਜੀ ਅੱਜ ਉਹਨਾਂ ਤੋਂ ਮੌਜੂਦਾ ਮੁੱਦਿਆਂ ਨੂੰ ਅਹਿਮ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਉਹ ਆਪਾਂ ਆਪਣੇ ਦਰਸ਼ਕਾਂ ਨੂੰ ਸੁਣਾ ਅੱਜ ਕੱਲ੍ਹ ਖੰਨਾ ਸਰ ਅੱਜ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਵੱਲੋਂ ਕਈ ਇਹੋ ਜਿਹੇ ਫੈਸਲੇ ਲਏ ਜਾਂਦੇ ਆ ਜਿਹੜੇ ਲੋਕਾਂ ਨੂੰ ਹਾਲੇ ਤੱਕ ਸਮਝ ਹੀ ਨਹੀਂ ਆਉਂਦੇ ਵੀ ਇਹਨਾਂ ਫੈਸਲਿਆਂ ਦਾ ਆਉਣ ਵਾਲੇ ਸਮੇਂ 'ਚ ਮਤਲਬ ਕੀ ਹੈ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖ ਰਿਹਾ ਕਿ ਪੰਜਾਬ ਦੇ ਸੀਐਮ ਸਾਹਿਬ ਸ਼ਾਇਦ ਹਲੇ ਨੌ ਸਿੱਖੀਏ ਨੇ ਸਰਕਾਰ ਚਲਾਉਣ ਦਾ ਅੰਦਾਜ਼ਾ ਉਹਨਾਂ ਨੂੰ ਪਤਾ ਨਹੀਂ ਦਿੱਲੀ ਤੋਂ ਦੋ ਆਦੇਸ਼ ਆਉਂਦਾ ਉਹਨੂੰ ਕੇਜਰੀਵਾਲ ਸਾਹਿਬ ਦਾ ਉਹ ਆਦੇਸ਼ ਦੀ ਪਾਲਣਾ ਕਰਦੇ ਹੋਏ ਪੰਜਾਬ ਦਾ ਬੇੜਾ ਗਰਕ ਕਰ ਰਹੇ ਪੰਜਾਬ ਨੂੰ ਅਰਾਜਕਾਂ ਦੀ ਤਰਫ ਲੈ ਕੇ ਜਾ ਰਹੇ ਨੇ ਪਹਿਲੀ ਗੱਲ ਗਵਰਨਰ ਸਾਹਿਬ ਨਾਲ ਜਿਸ ਢੰਗ ਨਾਲ ਇਹਨਾਂ ਨੇ ਪੰਗਾ ਲਿਆ ਮੈਂ ਸਮਝਦਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਦੋ ਸਰਕਾਰਾਂ ਨੇ ਜਿਨ੍ਹਾਂ ਨੇ ਦਿੱਲੀ 'ਚ ਲੈਫਟਨੈਂਟ ਗਵਰਨਰ ਨਾਲ ਅਤੇ ਪੰਜਾਬ 'ਚ ਗਵਰਨਰ ਸਾਹਿਬ ਨਾਲ ਇਹ ਸਿੱਧੇ ਤੌਰ 'ਤੇ ਟੱਕਰ ਲਈ ਹੈ ਗਵਰਨਰ ਇੱਕ ਔਰ ਰਾਜ ਭਵਨ ਇੱਕ ਐਸੀ ਸੰਸਥਾ ਹੁੰਦੀ ਹੈ ਜਿਹੜੀ ਉਸ ਪ੍ਰਦੇਸ਼ ਦਾ ਪਹਿਲਾ ਨਾਗਰਿਕ ਗਵਰਨਰ ਸਾਹਿਬ ਹੁੰਦੇ ਅਤੇ ਇੱਕ ਸੰਵਿਧਾਨਿਕ ਪੋਸਟ ਹੈ ਜੇ ਉਹਨਾਂ ਦੀ ਚਿੱਠੀ ਦਾ ਜਵਾਬ ਨਹੀਂ ਸਰਕਾਰ ਦੇਵੇਗੀ ਤਾਂ ਤੁਸੀਂ ਮੈਂ ਔਰ ਤੁਸੀਂ ਆਮ ਜਨਤਾ ਕਿਵੇਂ ਆਸ ਕਰਨਗੇ ਕਿ ਸਾਡੀ ਕਿਸੇ ਗੱਲ ਦਾ ਉਹ ਜਵਾਬ ਦੇ ਸਕਣਗੇ ਇਹ ਜਿਹੜਾ ਇਹਨੇ ਟਕਰਾਅ ਲਿਆ ਇਹ ਬਹੁਤ ਮੰਦਭਾਗਾ ਇਹ ਪੰਜਾਬ ਵਾਸਤੇ ਵੀ ਚੰਗਾ ਨਹੀਂ ਔਰ ਪੰਜਾਬ ਦੇ ਜੋ ਹਾਲਾਤ ਹੈ ਜਿਹੜੇ ਕੰਮ ਕਰਨੇ ਚਾਹੀਦੇ ਆ ਉਹਨਾਂ ਵੱਲੋਂ ਇਹਨਾਂ ਦੀ ਧਿਆਨ ਜਿਹੜਾ ਹੈ ਉਹ ਇਹਨਾਂ ਲੜਾਈਆਂ ਵਿੱਚ ਹੀ ਪਿਆ ਹੋਇਆ ਦੂਸਰਾ ਤੁਸੀਂ ਦੇਖਿਆ ਦੋ ਹੁਣੇ ਜਿਹੜੇ ਫੈਸਲੇ ਲਏ ਨੇ ਪਹਿਲਾ ਫੈਸਲਾ ਲਿਆ ਕਿ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਬਲਾਕ ਸੰਮਤੀ ਨੂੰ ਜ਼ਿਲ੍ਹਾ ਪ੍ਰੀਸ਼ਦ ਨੂੰ ਭੰਗ ਕਰਨਾ ਬਿਨਾਂ ਕਿਸੇ ਕਾਰਨ ਦੇਖੋ ਕਾਰਨ ਤਾਂ ਹੋਵੇ ਉਹਨਾਂ ਦੀ ਡਾਇਰੈਕਟ ਟਰਮ ਪਈ ਹੈ ਲਾਈਵ ਪਈ ਹੈ ਸਰਪੰਚ 5 ਸਾਲ ਲਈ ਚੁਣੇ ਜਾਂਦੇ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੈਂਬਰ 5 ਸਾਲ ਤੋਂ ਲਈ ਚੁਣੇ ਜਾਂਦੇ ਨੇ ਉਹਨਾਂ ਨੇ ਆਪਣੇ 5 ਸਾਲ ਦੇ ਕੰਮ ਪਲਾਨ ਕੀਤੇ ਹੁੰਦੇ ਨੇ ਸਰਕਾਰ ਦਾ ਫੰਡ ਆਇਆ ਹੁੰਦਾ ਜਿਹੜਾ ਕੇਂਦਰ ਹੈ ਇਹਨੇ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਦੀ ਸਿੱਧੀ ਗ੍ਰਾਂਟ ਪੰਚਾਇਤਾਂ ਨੂੰ ਆਈ ਹੁੰਦੀ ਹੈ ਉਹ ਪੈਸਾ ਲੱਗਣਾ ਹੁੰਦਾ ਵਿਕਾਸ ਜਿਹੜਾ ਹੈ ਉਹ ਕਰਨ ਲਈ ਸਰਪੰਚ ਜ਼ਿੰਮੇਵਾਰ ਹੁੰਦਾ ਸਰਪੰਚ ਵੀ ਆਪਣੇ ਪਿੰਡ ਦਾ ਇੱਕ ਮੁਖੀਆ ਸੀਐਮ ਹੁੰਦਾ ਜਿਹੜਾ ਸੀਐਮ ਪ੍ਰਦੇਸ਼ ਦਾ ਆ ਉਹ ਆਪਣੇ ਪਿੰਡ ਦਾ ਆ ਉਹਦੇ ਪੰਚਾਇਤ ਮੈਂਬਰ ਦੀ ਕੈਬਨਿਟ ਹੈ ਜੇ ਅਸੀਂ ਉਸ ਸੰਵਿਧਾਨਕ ਸੰਸਥਾ ਨੋਮੀਨੇਟਡ ਹੋਣ ਜੋ ਮਰਜ਼ੀ ਸਰਕਾਰ ਜੋ ਮਰਜ਼ੀ ਕਰੇ ਲੇਕਿਨ ਉਹ ਡਿਊਲੀ ਇਲੈਕਟਡ ਲੋਕ ਨੇ 5 ਸਾਲ ਵਾਸਤੇ ਚੁਣੇ ਗਏ ਨੇ ਉਹ ਭੰਗ ਕਰਤੀਆਂ ਜਦੋਂ ਰੌਲਾ ਪਿਆ ਹਾਈ ਕੋਰਟ ਦੇ ਵਿੱਚ ਗੱਲ ਗਈ ਫਿਰ ਮੁੱਕਰ ਕੇ ਉਹਨੂੰ ਫੈਸਲਾ ਵਾਪਸ ਲੈ ਲਿਆ ਔਰ ਲੋਕ ਦਿਖਾਵੇ ਵਾਸਤੇ ਦੋ ਅਧਿਕਾਰੀਆਂ ਉੱਤੇ ਕਾਰਵਾਈ ਕਰਤੀ ਇਹਦਾ ਮਤਲਬ ਇਹ ਸਰਕਾਰ ਦਿਨ ਨੂੰ ਫੈਸਲੇ ਰਾਤ ਨੂੰ ਫੈਸਲੇ ਕੁਛ ਅਤੇ ਦਿਨ ਨੂੰ ਕੁਛ ਦੂਸਰਾ ਇਸੇ ਤਰ੍ਹਾਂ ਹੀ ਕਰਨ ਦਾ ਫੈਸਲਾ ਲਿਆ ਜਨਮ ਅਸ਼ਟਮੀ ਨੂੰ ਸ਼ੋਭਾ ਯਾਤਰਾ ਨਿਕਲੇ ਸਭ ਜਾਣਦੇ ਕਰੋੜਾਂ ਲੋਕ ਉਸ ਦਿਨ ਸ਼ੋਭਾ ਯਾਤਰਾ ਦੇ ਸ਼ਾਮਿਲ ਹੁੰਦੇ ਨੇ ਉਹਨਾਂ ਦਾ ਭਗਵਾਨ ਕ੍ਰਿਸ਼ਨ ਦੇ ਪ੍ਰਤੀ ਆਪਣਾ ਇੱਕ ਸ਼ਰਧਾ ਦਾ ਕੇਂਦਰ ਹੈ ਮੰਦਰਾਂ ਤੋਂ ਸਾਰੇ ਮੰਦਰ ਇਨਵੋਲਵ ਹੁੰਦੇ ਨੇ ਅੱਧੀ ਛੁੱਟੀ ਸ਼ੋਭਾ ਯਾਤਰਾ ਦੀ ਇਸ ਕਰਕੇ ਕੀਤੀ ਜਾਂਦੀ ਹੈ ਕਿ ਸਰਕਾਰੀ ਮੁਲਾਜ਼ਮ ਸਕੂਲ ਦੇ ਬੱਚੇ ਉਹਨਾਂ ਸ਼ੋਭਾ ਯਾਤਰਾ ਦੀ ਸ਼ੋਭਾ ਬਣ ਸਕਣ ਲੇਕਿਨ ਇਸ ਸਰਕਾਰ ਨੇ ਬਿਨਾਂ ਕੋਈ ਕਾਰਨ ਦੱਸੇ ਹੋਏ ਉਹ ਛੁੱਟੀ ਨੂੰ ਕੈਂਸਲ ਕਰਤਾ ਜਦੋਂ ਰੌਲਾ ਪਿਆ ਤੁਸੀਂ ਪੱਤਰਕਾਰਾਂ ਨੇ ਉਹ ਗੱਲ ਨੂੰ ਚੱਕਿਆ ਸਾਡੇ ਬੈਨਰ ਨੂੰ ਚੱਕਿਆ ਉਹ ਫੈਸਲਾ ਫਿਰ ਵਾਪਸ ਲੈ ਲਏ ਹੁਣ ਇਹ ਇੱਕ ਦਿਨ ਫੈਸਲਾ ਕੁਛ ਕਰਦੇ ਆ ਦੂਸਰੇ ਨੂੰ ਵਾਪਸ ਲੈਂਦੇ ਆ ਤੀਸਰੇ ਦਿਨ ਉਹਦੀ ਐਕਸਪਲੇਨੇਸ਼ਨ ਗਲਤ ਦਿੰਦੇ ਨੇ ਸੋ ਇਹ ਸਰਕਾਰ ਜਿਹੜੀ ਹੈ ਮੈਂ ਸਮਝਦਾ ਕਿ ਹਰ ਪੱਖੋਂ ਫੇਲ ਹੋ ਚੁੱਕੀ ਹੈ ਹੁਣ ਪਟਵਾਰੀ ਦੀ ਗੱਲ ਲਈ ਜੀ ਪਟਵਾਰੀਆਂ ਨੇ ਸਟ੍ਰਾਈਕ ਕੀਤੀ ਹੈ ਸਰਕਾਰ ਕੋਲ ਬੜੇ ਢੰਗ ਨੇ ਸਟ੍ਰਾਈਕਾਂ ਨੂੰ ਫੇਲ ਕਰਨ ਦੇ ਸਟ੍ਰਾਈਕਾਂ ਨੂੰ ਨਾ ਕਰਵਾਉਂਦੇ ਉਹਨਾਂ ਦੀਆਂ ਮੰਗਾਂ ਨਾਲ ਗੱਲਬਾਤ ਕਰਕੇ ਲੇਕਿਨ ਸਰਕਾਰ ਨੇ ਲੈ ਲਿਆ ਫੈਸਲਾ ਕਿ ਕੋਈ ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਮੁਲਾਜ਼ਮਾਂ ਨੂੰ ਕਿ ਸਟ੍ਰਾਈਕ ਕਿੱਦਾਂ ਕਰੀਦੀ ਹੈ ਉਹਨਾਂ ਨੇ ਨਵੀਂ ਭਰਤੀ ਸ਼ੁਰੂ ਕਰਨੀ ਹੁਣ ਜਿਹੜੀ ਨਵੀਂ ਭਰਤੀ ਸ਼ੁਰੂ ਕੀਤੀ ਹੈ ਆਖਰੀ ਭਰਤੀ ਕਰਨ ਦਾ ਸਰਕਾਰੀ ਨੌਕਰੀ ਲੈਣ ਦਾ ਕੋਈ ਨਾ ਕੋਈ ਪ੍ਰੋਵੀਜ਼ਨ ਬਣਦੇ ਨੇ ਕੋਈ ਪ੍ਰੋਸੀਜਰ ਹੁੰਦੇ ਨੇ ਕੋਈ ਰੂਲਸ ਹੁੰਦੇ ਨੇ ਉਹਨਾਂ ਨੂੰ ਛਿੱਕੇ ਟੰਗ ਕੇ ਇਹਨਾਂ ਨੇ ਭਰਤੀ ਦਾ ਐਲਾਨ ਕਰਤਾ ਔਰ ਜਿਹੜੀ ਤਨਖਾਹ ਦਿੱਤੀ ਹੈ ਉਹ ਵਿਚਾਰੇ ਜਿਹੜੇ ਨਵੇਂ ਭਰਤੀ ਹੋਏ ਨੇ ਉਹ ਵੀ ਖੁਸ਼ ਨੇ ਜਿਹੜੇ ਪੁਰਾਣੇ ਪਟਵਾਰੀ ਹੈ ਉਹ ਵੀ ਖੁਸ਼ ਨੇ ਇਸੇ ਤਰ੍ਹਾਂ ਪੈਨਸ਼ਨਰ ਨਾਰਾਜ਼ ਨੇ ਐਸਾ ਕੋਈ ਵਰਗ ਨਹੀਂ ਜਿਹੜਾ ਇਸ ਸਰਕਾਰ ਤੋਂ ਖੁਸ਼ ਹੋ
ਕਰਨਾ ਸਰ ਆਪਾਂ ਇਸ ਗੱਲ ਨੂੰ ਥੋੜ੍ਹਾ ਇੱਥੇ ਬ੍ਰਹਮ ਦੇਣਾ ਅਤੇ ਨਾਲ ਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਆ ਜਿਹੜੇ ਦੋ ਅਧਿਕਾਰੀ ਇਹਨਾਂ ਨੇ ਬਦਲੇ ਆ ਉਹਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਬਹੁਤ ਗਈ ਆ ਜਿਵੇਂ ਦਿਵਾਲੀ ਸੀ ਮਿਸਟਰ ਜਿੰਦਰ ਤਿਵਾੜੀ ਅਤੇ ਇੱਕ ਦੂਸਰਾ ਇਹਨਾਂ ਦੇ ਆਪਣੇ ਅਧਿਕਾਰੀ ਇਹ ਕਿਸ ਤਰ੍ਹਾਂ ਦਾ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਆ ਹਰ ਮੱਥੇ ਤੁਸੀਂ ਰਹੇ ਨਾ ਇਹਦੇ ਵਿੱਚ ਇਹ ਲੋਕਾਂ ਦੇ ਬੜੇ ਸਸਪੈਂਸ ਪਿਆ ਆ ਵੀ ਇਹ ਕੰਮ ਸਰਕਾਰ ਦਾ ਭਗਵੰਤ ਮਾਨ ਉਹਨਾਂ ਨੇ ਬਿਆਨ ਦਿੱਤਾ ਵੀ ਮੈਨੂੰ ਇਹਨਾਂ ਨੇ ਭਰੋਸੇ 'ਚ ਨਹੀਂ ਲਿਆ ਦੋਨਾਂ ਅਧਿਕਾਰੀਆਂ ਨੇ ਇਹ ਕੀਤਾ ਇਹ ਕਿਸ ਤਰ੍ਹਾਂ ਦਾ ਸਵਾਲ ਆ ਜਿਹੜਾ ਜੇ ਅਸੀਂ ਭਗਵੰਤ ਮਾਨ ਜੀ ਦੀ ਗੱਲ ਮੰਨ ਲਈਏ ਉਹਨਾਂ ਨੂੰ ਪਤਾ ਨਹੀਂ ਜੀ ਉਹ ਸਰਕਾਰ ਦਾ ਹੀ ਚਲਾਉਂਦੇ ਆ ਸਰਕਾਰ ਨੂੰ ਤਾਂ ਪਲ ਪਲ ਦੀ ਖਬਰ ਹੁੰਦੀ ਹੈ ਗੌਰਮੈਂਟ ਦਾ ਮਤਲਬ ਹੁੰਦਾ ਹਰ ਗੱਲ 'ਤੇ ਗੌਰ ਕਰਨਾ ਅਤੇ ਉਹਦਾ ਫੈਸਲਾ ਕਰਨਾ ਐਡਾ ਬੜਾ ਫੈਸਲਾ ਹਜ਼ਾਰਾਂ ਹੀ ਪੰਚਾਇਤਾਂ ਭੰਗ ਕਰਦੀਆਂ ਅਤੇ ਮੁੱਖ ਮੰਤਰੀ ਨੂੰ ਪਤਾ ਨਾ ਹੋਵੇ ਅੱਜ ਪੱਤਰ ਆ ਗਏ ਨੇ ਜਿਹੜੇ ਉਹਨਾਂ ਦੇ ਸੀ ਐੱਮ ਓ ਦੇ ਸਾਈਨ ਹੋਏ ਹੋਣੇ ਤਾਂ ਫਿਰ ਇਹ ਕਿਸ ਤਰ੍ਹਾਂ ਲੋਕਾਂ ਨੂੰ ਜਸਟੀਫਾਈ ਕਰਨਗੇ ਕਿ ਮੈਨੂੰ ਪਤਾ ਨਹੀਂ ਜੇ ਨਹੀਂ ਪਤਾ ਸੀ ਤਾਂ ਫਿਰ ਹਾਈ ਕੋਰਟ ਜਾਣ ਤੋਂ ਪਹਿਲਾਂ ਫੈਸਲਾ ਵਾਪਸ ਨਹੀਂ ਕਿਉਂ ਨਹੀਂ ਲਿਆ ਹਾਈ ਕੋਰਟ ਨੇ ਜੋ ਫਟਕਾਰ ਮਾਰੀ ਹੈ ਜਵਾਬ ਮੰਗਿਆ ਉਸ ਵੇਲੇ ਫਿਰ ਆਪਣੀ ਕਮੀ ਛੁਪਾਉਣ ਦੇ ਲਈ ਦੋ ਅਧਿਕਾਰੀਆਂ ਨੂੰ ਸਸਪੈਂਡ ਕਰਤਾ ਹੁਣ ਇਹ ਦੱਸੋ ਗੱਲ ਲੋਹਾ ਜੀ ਤੁਸੀਂ ਚੈਨਲ ਚਲਾਉਂਦੇ ਹੋ ਹੁਣ ਜਿਹੜੀ ਆਹ ਜੀ ਇੰਟਰਵਿਊ ਲਈ ਹੈ ਤੁਸੀਂ ਚੈਨਲ ਨੂੰ ਪੁੱਛ ਕੇ ਉਹਨਾਂ ਨੂੰ ਭੇਜੋਗੇ ਜਾਂ ਇੰਟਰਵਿਊ ਲਈ ਹੈ ਉਹ ਜਦੋਂ ਤੁਹਾਡੀ ਇੰਟਰਵਿਊ ਆਪ ਨੂੰ ਮਾਰਕ ਹੋ ਗਈ ਫਿਰ ਉਹ ਆਪਣੇ ਚੈਨਲ 'ਤੇ ਚਲਾਉਣਗੇ ਜਦੋਂ ਕਿ ਚੈਨਲ ਇੰਨੀ ਇਨਕੁਆਇਰੀ ਕਰਦਾ ਤਾਂ ਕਿਆ ਸੀ ਐੱਮ ਇੱਕ ਫੈਸਲਾ ਲੈਣ ਤੋਂ ਪਹਿਲਾਂ ਕੋਈ ਇਨਕੁਆਇਰੀ ਨਹੀਂ ਕਰਦਾ ਕਿ ਮੇਰੇ ਸਾਈਨ ਲੱਗੇ ਹੋਣ ਅਤੇ ਮੈਂ ਇਹ ਜਾਂ ਫਿਰ ਜਿਹੜੀ ਜਨਤਾ ਗੱਲ ਸਮਝਦੀ ਹੈ ਕਿ ਸ਼ਾਮ ਨੂੰ ਇਹ ਸੀ ਐੱਮ ਸ਼ਾਮ ਤੋਂ ਬਾਅਦ ਕੁਛ ਹੋਰ ਹੀ ਹੁੰਦਾ ਉਸ ਗੱਲ 'ਚ ਸਾਈਨ ਕਰਦੇ ਹੋਣਗੇ ਸਰ ਅਸੀਂ ਗੱਲ ਕਰੀਏ ਜਿਹੜੀ ਇਹੋ ਜਿਹੀਆਂ ਹਾਸੋ ਗਿਣੀਆਂ ਗੱਲਾਂ ਕਰਦੇ ਭਗਵੰਤ ਮਾਨ ਜੀ ਮੁੱਖ ਮੰਤਰੀ ਇਹੋ ਜਿਹਾ ਬਿਆਨ ਦੇਣੇ ਲੋਕ ਇਸ ਚੀਜ਼ ਨੂੰ ਲੈ ਕੇ ਬਹੁਤ ਵੈਸੇ ਤਾਂ ਅਸੀਂ ਅਕਸਰ ਗੱਲ ਕਰਦੇ ਕਿ ਲੋਕ ਜਾਗਰੂਕ ਨੇ ਲੋਕ ਜਾਗਰੂਕ ਆ ਸਮਝਦੇ ਆ ਸਾਰੀਆਂ ਗੱਲਾਂ ਪਰ 2024 ਦੀਆਂ ਗੱਲਾਂ ਗੱਲ ਕਰੀਏ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਇਸ ਆਮ ਆਦਮੀ ਪਾਰਟੀ ਦਾ ਕੀ ਭਵਿੱਖ ਮੰਨਦੇ ਹੋ ਇਹੋ ਜਿਹੀਆਂ ਗੱਲਾਂ ਬਤਨ ਧਿਆਨ ਨਾਲ ਲੈ ਸਰਕਾਰ ਜਿਹੜੇ ਲੋਕ ਹੁੰਦੇ ਨੇ ਉਹ ਪਰਫਾਰਮੈਂਸ 'ਤੇ ਵੋਟ ਦਿੰਦੇ ਨੇ ਜੀ ਲੋਕ ਜਿਹੜੇ ਆ ਉਹ ਇਸ ਗੱਲ 'ਤੇ ਵੋਟ ਦਿੰਦੇ ਨੇ ਕਿ ਉਹਨਾਂ ਨਾਲ ਕੀਤੇ ਹੋਏ ਵਾਅਦਿਆਂ 'ਚੋਂ ਕਿੰਨੇ ਵਾਅਦੇ ਜਿਹੜੇ ਹੈ ਕੀਤੇ ਗਏ ਪੂਰੇ ਅੱਜ ਲੋਕ ਜਿਹੜੇ ਆ ਉਹ ਇਸ ਗੱਲ 'ਤੇ ਵੋਟ ਦਿੰਦੇ ਨੇ ਕਿ ਉਹਨਾਂ ਨਾਲ ਕੀਤੇ ਹੋਏ ਵਾਅਦਿਆਂ 'ਚੋਂ ਕਿੰਨੇ ਵਾਅਦੇ ਜਿਹੜੇ ਹੈ ਕੀਤੇ ਗਏ ਪੂਰੇ ਅੱਜ ਸਰਕਾਰੀ ਸਿਸਟਮ ਦਾ ਬਿਲਕੁਲ ਪੱਠਾ ਬੈਠ ਚੁੱਕਾ ਕੋਈ ਲੋਕਾਂ ਦੇ ਕੰਮ ਨਹੀਂ ਹੋ ਰਹੇ ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਹੁਣ ਜੇ ਸਕੂਲਾਂ ਦੀ ਗੱਲ ਕਰੀਏ ਮੈਂ ਇੱਕ ਸਿਰਫ ਐਗਜ਼ਾਮਪਲ ਦਊਂਗਾ ਲੁਧਿਆਣੇ ਜਿਹੜਾ ਸਕੂਲ ਦੀ ਬਿਲਡਿੰਗ ਗਿਰੀ ਹੈ ਔਰ ਇੱਕ ਟੀਚਰ ਦੀ ਮੌਤ ਹੋਈ ਹੈ ਇਹਦਾ ਜ਼ਿੰਮੇਵਾਰ ਕੌਣ ਅੱਜ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਆ ਵੱਡੀਆਂ ਵੱਡੀਆਂ ਡਿਸਪੈਂਸਰੀਆਂ ਵੱਡੇ ਵੱਡੇ ਮਿੰਨੀ ਹੋਸਪਿਟਲ ਨੂੰ ਕਨਵਰਟ ਕਰਕੇ ਡਿਸਪੈਂਸਰੀ ਬਣਾ ਦਿੱਤੀ ਅਤੇ ਇਸ ਕਰਕੇ ਜਿਹੜੀ ਜਨਤਾ ਵੀ ਹੈ ਜਿਹੜੀ ਆਹ ਸਮੇਂ ਬੀਤ ਰਿਹਾ 2 ਸਾਲ ਦੀ ਪਰਫੋਰਮੈਂਸ ਇਹਦੇ ਉੱਤੇ ਵੋਟ ਪਾਏਗੀ ਦੂਜਾ ਜਨਤਾ ਦੇ ਪੈਸੇ 'ਤੇ ਇਹ ਸਰਕਾਰ ਬਹੁਤ ਵੱਡਾ ਡਾਕਾ ਮਾਰ ਰਹੀ ਅਜੇ ਦੱਸੋ ਤੁਸੀਂ ਕਿਆ ਪੰਜਾਬ ਦੀ ਐਡਵਰਟਾਈਜ਼ਮੈਂਟ ਤਾਮਿਲਨਾਡੂ ਜਾਣ ਚਾਹੀਦੀ ਹੈ ਪੰਜਾਬ ਦੀ ਐਡਵਰਟਾਈਜ਼ਮੈਂਟ ਦਿੱਲੀ ਵਾਲੀ ਚਾਹੀਦੀ ਹੈ ਲੇਕਿਨ ਇਹ ਇੱਕ ਉਸ ਪੈਸੇ ਨੂੰ ਐਡਵਰਟਾਈਜ਼ਮੈਂਟ 'ਤੇ ਵਿਗਿਆਪਨਾਂ 'ਤੇ ਖਰਚ ਕਰਕੇ ਇਹ ਜਨਤਾ ਦੇ ਹੱਕ ਦੇ ਉੱਤੇ ਡਾਕਾ ਮਾਰ ਰਹੀ ਹੈ ਉਹਦੇ ਜਿੰਨਾ ਪੈਸਾ ਉੱਧਰ ਲੱਗ ਰਿਹਾ ਉਹ ਜਨਤਾ ਦੀ ਭਲਾਈ 'ਤੇ ਲੱਗੇ ਤੁਸੀਂ ਹੁਣ ਆਏ ਹਾਂ ਕੋਟ ਤੋਂ ਵੀ ਤੁਸੀਂ ਮੈਂ ਮੇਰਾ ਬੇਟਾ ਜੇਜੋ ਦੋਨਾਂ ਸੜਕਾਂ ਦਾ ਹਾਲ ਦੇਖ ਲਓ ਵੀ ਸਕੂਟਰ ਸਾਈਕਲ ਚਲਾਉਣਾ ਮੁਸ਼ਕਲ ਹੋਇਆ ਹੈ ਇਹਦੇ ਬਾਰੇ ਕੋਈ ਸੋਚ ਨਹੀਂ ਕਿੰਨੀ ਵਾਰ ਉਦਘਾਟਨ ਹੋ ਚੁੱਕੇ ਨੇ ਅੱਗੇ ਲੈ ਲਓ ਗੱਲ ਗੜਸ਼ੰਕਰ ਤੋਂ ਨੰਗਲ ਦੀ ਸੜਕ ਉਸ 'ਤੇ ਚੱਲਣ ਦੇ ਲਈ ਲੋਕਾਂ ਨੂੰ ਵਾਇਆ ਨੂਰ ਪ੍ਰਵੇਦੀ ਵੱਲ ਦੀ ਆਪਣੇ ਦੂਸਰੇ ਕਵਾਲੇ ਵੱਲ ਦੀ ਜਾਣਾ ਪੈਂਦਾ ਹੁਣ ਇਹ ਮੈਂ 2-3 ਸੜਕਾਂ ਦੀ ਇੱਕ ਕੰਸਟੀਚੁਐਂਸ ਦੀ ਗੱਲ ਕੀਤੀ ਹੈ ਵਿਕਾਸ ਵੱਲ ਇਸ ਸਰਕਾਰ ਦਾ ਕੋਈ ਧਿਆਨ ਨਹੀਂ ਸਿਰਫ ਔਰ ਸਿਰਫ ਗੱਪਾਂ ਮਾਰ ਇੱਕ ਨਾ ਗਪੌੜੀ ਹੁੰਦਾ ਗਪੌੜ ਸੰਗ ਹੁੰਦਾ ਇਹ ਗਪੌੜੀ ਮੁੱਖ ਮੰਤਰੀ ਹੈ ਉਹ ਉੱਦਾਂ ਦੀ ਇਹਦੀ ਟੀਮ ਹੈ ਇੱਕ ਗੱਲ ਜਦੋਂ ਹਜੇ ਤੁਸੀਂ ਜ਼ਰੂਰ ਜਨਤਾ ਨਾਲ ਪੁੱਛੋ ਜਾ ਕੇ ਕਿ ਲਿਫਟ ਲੈਣੀ ਚਲੋ ਸਕੂਟਰ 'ਤੇ ਗੱਡੀ 'ਚ ਲਿਫਟ ਲੈ ਤਾਂ ਠੀਕ ਹੈ ਹੁਣ ਜਹਾਜ਼ 'ਚ ਵੀ ਲਿਫਟ ਦੇਣ ਲੱਗੇ ਹੋਏ ਜੀ ਬਿਲਕੁਲ ਠੀਕ ਹੈ ਮੁੱਖ ਮੰਤਰੀ ਦਿੱਲੀ ਦਾ ਕੰਮ ਹੁੰਦਾ ਅਤੇ ਜਹਾਜ਼ ਜਾਂਦਾ ਪੰਜਾਬ ਤੋਂ ਖਰਚਾ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਉਨੇ ਦਿਨ ਐਬਸੈਂਟ ਰਹਿੰਦਾ ਜਿੰਨੇ ਚਿਰ ਦਿੱਲੀ ਦਾ ਮੁੱਖ ਮੰਤਰੀ ਉੱਥੇ ਸੈਰ ਕਰਨ ਜਾਂਦਾ ਇਹ ਗੱਲਾਂ ਸਾਰੀਆਂ ਜਨਤਾ ਇਸ ਇਲੈਕਸ਼ਨ 'ਚ ਪੁੱਛੇਗੀ ਭਾਈ ਜਹਾਜ਼ਾਂ 'ਤੇ ਕਿੰਨਾ ਖਰਚਾ ਕੀਤਾ ਐਡਵਰਟਾਈਜ਼ਮੈਂਟ 'ਤੇ ਕਿੰਨਾ ਖਰਚਾ ਕੀਤਾ ਸਾਡੀਆਂ ਸੜਕਾਂ ਨਹੀਂ ਬਣੀਆਂ ਅਤੇ ਹੋਰ ਹਾਸੋਹਣੀ ਗੱਲ ਜਿਹੜੀ ਹੈ ਤਿਆਰ ਜਾਂਦੀ ਹੈ ਹੜਾ ਜੀ ਹਾਂ ਹੜਾ ਕੇ ਬੇੜੀ ਨੂੰ ਝਟਕੇ ਦਵਾ ਕੇ ਉਹਨੂੰ ਤਾਂ ਪਾਤੀਆਂ ਕਿ ਜੀ ਮੈਂ ਬੜੀ ਮਿਹਨਤ ਕਰ ਰਿਹਾ ਉਹਨਾਂ ਇੱਕ ਵਾਰੀ ਇੱਕ ਜੰਗਲ ਦਾ ਰਾਜਾ ਸ਼ੇਰ ਨੇ ਬਾਂਦਰ ਨੂੰ ਬਣਾ ਦਿੱਤਾ ਜੀ ਲੋਕਾਂ ਨੂੰ ਕੰਮ ਪੈ ਗਏ ਜਾਨਵਰ ਗਏ ਕਹਿੰਦੇ ਮਹਾਰਾਜ ਜੀ ਸਾਡਾ ਆਹ ਕੰਮ ਹੈ ਉਹ ਕਦੀ ਇਸ ਉਸੀ ਦੇ ਮਾਰੇ ਕਦੀ ਉਸ ਕੁੱਤੀ ਦੇ ਮਾਰੇ ਛਾਲ ਤਾਂ ਲੋਕ ਬਾਕੀ ਜਾਨਵਰ ਕਹਿੰਦੇ ਵੀ ਸਾਡਾ ਕੰਮ ਤਾਂ ਕਰੋ ਕਹਿੰਦਾ ਜੋ ਮੈਨੂੰ ਆਉਂਦਾ ਮੈਂ ਉਹੀ ਕਰ ਸਕਦਾ ਮੈਂ ਤਾਂ ਉਸੀਆਂ ਮਾਰ ਸਕਦਾ
हूँ क्या है मुख्यमंत्री लोगों की समस्यावान हल करने के लिए जनता के जवाब दे है कि नहीं है वो जवाब जनता को वोट देती है वो वोट के समय से जरूर इन्हें पूछे कि दसो तुम पंचायतें क्यों भंग की छुट्टियां क्यों बंद कीतियां तुसी इन्ना पैसा विज्ञापन से क्यों खर्चा तुसी जहाजा च लिफ्ट क्यों दिती अगली गल हड़ आए जी हड़ा तो बाद किसानों की फसलों के शुरुआत हो गई रेता बहुत आ गया हुण उन्होंने रेता भी चक्कर नहीं दिता जा रहा भी चक्कांगे तो माइनिंग एक्ट लग जाए आप चक दे रही है सरकार एक फसल तो किसान की खराब हो गई और दूजी बीजन तो वांझा हो गया ये जिहड़े सरकार दे मतलब जिहड़े कहिंदे संवेदनशील ਸੈਂਸਟਾਈਜ਼ ਸਰਕਾਰ ਮੁੱਦੇ ਜਿਹੜੇ ਹੈ ਉਹ ਇਹਨੂੰ ਹੱਲ ਨਹੀਂ ਸਰਕਾਰ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੈਸੇ ਵੀ ਇਹ ਦੇਖਿਆ ਗਿਆ ਮੁੱਖ ਮੰਤਰੀ ਜਦੋਂ ਕਿਤੇ ਪੰਜਾਬ ਦਾ ਕੋਈ ਅਹਿਮ ਮੁੱਦਾ ਜਾਂ ਕੋਈ ਖਾਸ ਕਥਾ ਆਉਂਦੀ ਹੈ ਤਾਂ ਉਦੋਂ ਜ਼ਿਆਦਾ ਮੁੱਖ ਮੰਤਰੀ ਬਾਹਰੇ ਹੁੰਦੇ ਆ ਦੂਸਰੀਆਂ ਸਟੇਟਾਂ 'ਚ ਹੁੰਦੇ ਆ ਪਰ ਇਹ ਸਰਕਾਰ ਅਸੀਂ ਗੱਲ ਕਰੀਏ 2024 ਜਿਵੇਂ ਜਿਹੜਾ ਦੂਸਰਾ ਦਾ ਕਾਰਜਕਾਲ ਆਮ ਆਦਮੀ ਪਾਰਟੀ ਦਾ ਅਤੇ ਇਹ ਆਉਣ ਵਾਲੀਆਂ ਇਲੈਕਸ਼ਨਾਂ 'ਤੇ ਜ਼ਰੂਰ ਇਹਦੇ ਬਾਰੇ ਤੋਂ ਆਗੂ ਪਸੋ ਖੰਨਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲ ਕੀਤੀ ਦੋਸਤੋ ਸ਼੍ਰੀ ਅਵਨਾਸ਼ ਰਾਏ ਖੰਨਾ ਜੀ ਨੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਗੱਲ ਕੀਤੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤੀ ਅਤੇ ਸਮਾਧਾਨ ਵੀ ਦੱਸਿਆ ਅਤੇ ਨਾਲ ਦੀ ਨਾਲ ਪੰਜਾਬ ਦੇ ਭਵਿੱਖ ਬਾਰੇ ਵੀ ਗੱਲ ਕੀਤੀ ਆ ਸੋ ਅਸੀਂ ਕੋਸ਼ਿਸ਼ ਕਰਾਂ ਆਪਣੇ ਚੈਨਲ ਦੇ ਮਾਧਿਅਮ ਲੋਕਾਂ ਤੱਕ ਆਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈ ਹੈ ਸ਼ਹਿਰ ਤੋਂ ਲਿਵਿੰਗ ਏਰੀਆ ਨਿਊਜ਼ ਲੇਟਰ ਜੀ ਧੰਨਵਾਦ।